ਕੇਦਾਰਨਾਥ ਦੇ ਵਿੱਚ ਮਚੀ ਤਬਾਹੀ ਤੋਂ ਬਾਅਦ ਰੈਸਕਿਊ ਕਰਨ ਪਹੁੰਚੀ ਟੀਮ ਵੀ ਉੱਥੇ ਫਸ ਗਈ ਹੈ, ਜਿਸ ਲਈ ਉਹਨਾਂ ਨੂੰ ਡਰੋਨ ਦੀ ਸਹਾਇਤਾ ਲੈਣੀ ਪੈ ਰਹੀ ਹੈ ਤੇ ਅੱਗੇ ਦਾ ਰਾਹ ਦੇਖਣਾ ਪੈ ਰਿਹਾ ਹੈ। ਦੱਸ ਦਈਏ ਕਿ ਕੇਦਾਰਨਾਥ ਦੇ ਵਿੱਚ ਵੱਡੀ ਤਬਾਹੀ ਮਚੀ, ਜਿਸ ਕਰਕੇ ਕਈ ਰਸਤੇ ਮਲਬਾ ਡਿੱਗਣ ਦੇ ਕਾਰਨ ਬੰਦ ਹੋ ਚੁੱਕੇ ਨੇ ਤੇ ਇੱਥੇ 2300 ਲੋਕਾਂ ਨੂੰ ਹੁਣ ਤੱਕ ਰੈਸਕਿਊ ਕੀਤਾ ਜਾ ਚੁੱਕਿਆ ਹੈ, ਪਰ ਹਾਲੇ ਵੀ ਕਈ ਇਲਾਕਿਆਂ ਦੇ ਵਿੱਚ ਇੱਥੇ ਕੁਝ ਲੋਕ ਫਸੇ ਹੋਏ ਨੇ ਜਿਨ੍ਹਾਂ ਨੂੰ ਕੱਢਣ ਲਈ ਰੈਸਕਿਊ ਟੀਮ ਡਟੀ ਹੋਈ ਹੈ, ਪਰ ਇੱਥੇ ਹੁਣ ਰੈਸਕਿਊ ਟੀਮ ਨੂੰ ਵੀ ਅੱਗੇ ਦਾ ਰਾਹ ਨਹੀਂ ਮਿਲ ਰਿਹਾ, ਜਿਸ ਲਈ ਉਹਨਾਂ ਨੂੰ ਲੋਕਾਂ ਤੱਕ ਪਹੁੰਚ ਕਰਨ ਲਈ ਡਰੋਨ ਦੀ ਮਦਦ ਲੈਣੀ ਪੈ ਰਹੀ ਹੈ ਤੇ ਡਰੋਨ ਦੇ ਰਾਹੀਂ ਅੱਗੇ ਦਾ ਰਾਹ ਦੇਖ ਰਹੇ ਨੇ ਤੇ ਅੱਗੇ ਦੀ ਯੋਜਨਾ ਬਣਾ ਰਹੇ ਨੇ। ਦੱਸਿਆ ਜਾ ਰਿਹਾ ਹੈ ਕਿ ਸੋਨ ਪ੍ਰਯਾਗ ਗੌਰੀਕੁੰਡ ਪਹਾੜੀ ਮਾਰਗ ਤੇ ਅਚਾਨਕ ਮਲਬਾ ਡਿੱਗਣ ਦੇ ਕਾਰਨ ਇੱਥੇ ਕਈ ਰਸਤੇ ਬੰਦ ਹੋ ਗਏ ਨੇ, ਟੁੱਟ ਗਏ ਨੇ। 2 ਕਿਲੋਮੀਟਰ ਲੰਬੇ ਰਾਹ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਮਲਬਾ ਹੀ ਮਲਬਾ ਫੈਲਿਆ ਹੋਇਆ ਹੈ, ਜਿਸ ਕਰਕੇ ਅੱਗੇ ਜਾਣ ਦਾ ਕੋਈ ਵੀ ਰਾਹ ਨਹੀਂ ਹੈ। ਇਸ ਵਿਚਾਲੇ ਜੋ ਲੋਕ ਕੇਦਾਰਨਾਥ ਚ ਪਹੁੰਚੇ ਹੋਏ ਸਨ ਉਹ ਫਸ ਚੁੱਕੇ ਨੇ। ਰੈਸਕਿਊ ਟੀਮ ਨੂੰ ਇੱਥੇ ਸੋਨ ਪ੍ਰਯਾਗ ਗੌਰੀਕੁੰਡ ਮਾਰਗ ਤੇ ਫਸੇ ਹੋਏ ਯਾਤਰੀਆਂ ਨੂੰ ਰੈਸਕਿਊ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ, ਜਿਸ ਲਈ ਹੁਣ ਡਰੋਨ ਦੀ ਸਹਾਇਤਾ ਲੈਣੀ ਪੈ ਰਹੀ ਹੈ ਤੇ ਅੱਗੇ ਦੀ ਯੋਜਨਾ ਇਸ ਡਰੋਨ ਦੇ ਨਾਲ ਹਾਲਾਤ ਦੇਖ ਕੇ ਹੀ ਬਣਾਈ ਜਾ ਰਹੀ ਹੈ। ਇਸ ਤੋਂ ਇਲਾਵਾ ਲਚੌਲੀ ਤੇ ਸ੍ਰੀ ਕੇਦਾਰਨਾਥ ਤੇ ਹੈਲੀਪੈਡ ਤੇ ਤੈਨਾਤ 4 NDRF ਦੀਆਂ ਟੀਮਾਂ ਵੀ ਯਾਤਰੀਆਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾ ਰਹੀਆਂ ਨੇ। 2 ਕਿਲੋਮੀਟਰ ਲੰਬੇ ਪਹਾੜੀ ਰਸਤੇ ਤੋਂ ਹੁਣ ਤੱਕ 2300 ਤੋਂ ਵੱਧ ਲੋਕਾਂ ਨੂੰ ਰੈਸਕਿਊ ਕੀਤਾ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਸਥਾਨਕ ਪੁਲਿਸ ਦੇ ਵੱਲੋਂ ਵੀ 737 ਲੋਕਾਂ ਨੂੰ ਹੇਲੀ ਤੋਂ ਰੈਸਕਿਊ ਕੀਤਾ ਗਿਆ ਹੈ। ਬਾਕੀ ਯਾਤਰੀਆਂ ਨੂੰ ਰੈਸਕਿਊ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹਨਾਂ ਤੱਕ ਪਹੁੰਚ ਕਰਨ ਦੇ ਲਈ ਹੁਣ ਡਰੋਨ ਦੀ ਸਹਾਇਤਾ ਲਈ ਜਾ ਰਹੀ ਹੈ। ਕੇਦਾਰਨਾਥ ਦੇ ਵਿੱਚ ਮਚੀ ਤਬਾਹੀ ਤੋਂ ਬਾਅਦ ਰੈਸਕਿਊ ਕਰਨ ਪਹੁੰਚੀ ਟੀਮ ਵੀ ਉੱਥੇ ਫਸ ਗਈ ਹੈ, ਜਿਸ ਲਈ ਉਹਨਾਂ ਨੂੰ ਡਰੋਨ ਦੀ ਸਹਾਇਤਾ ਲੈਣੀ ਪੈ ਰਹੀ ਹੈ ਤੇ ਅੱਗੇ ਦਾ ਰਾਹ ਦੇਖਣਾ ਪੈ ਰਿਹਾ ਹੈ। ਦੱਸ ਦਈਏ ਕਿ ਕੇਦਾਰਨਾਥ ਦੇ ਵਿੱਚ ਵੱਡੀ ਤਬਾਹੀ ਮਚੀ, ਜਿਸ ਕਰਕੇ ਕਈ ਰਸਤੇ ਮਲਬਾ ਡਿੱਗਣ ਦੇ ਕਾਰਨ ਬੰਦ ਹੋ ਚੁੱਕੇ ਨੇ ਤੇ ਇੱਥੇ 2300 ਲੋਕਾਂ ਨੂੰ ਹੁਣ ਤੱਕ ਰੈਸਕਿਊ ਕੀਤਾ ਜਾ ਚੁੱਕਿਆ ਹੈ, ਪਰ ਹਾਲੇ ਵੀ ਕਈ ਇਲਾਕਿਆਂ ਦੇ ਵਿੱਚ ਇੱਥੇ ਕੁਝ ਲੋਕ ਫਸੇ ਹੋਏ ਨੇ ਜਿਨ੍ਹਾਂ ਨੂੰ ਕੱਢਣ ਲਈ ਰੈਸਕਿਊ ਟੀਮ ਡਟੀ ਹੋਈ ਹੈ, ਪਰ ਇੱਥੇ ਹੁਣ ਰੈਸਕਿਊ ਟੀਮ ਨੂੰ ਵੀ ਅੱਗੇ ਦਾ ਰਾਹ ਨਹੀਂ ਮਿਲ ਰਿਹਾ, ਜਿਸ ਲਈ ਉਹਨਾਂ ਨੂੰ ਲੋਕਾਂ ਤੱਕ ਪਹੁੰਚ ਕਰਨ ਲਈ ਡਰੋਨ ਦੀ ਮਦਦ ਲੈਣੀ ਪੈ ਰਹੀ ਹੈ ਤੇ ਡਰੋਨ ਦੇ ਰਾਹੀਂ ਅੱਗੇ ਦਾ ਰਾਹ ਦੇਖ ਰਹੇ ਨੇ ਤੇ ਅੱਗੇ ਦੀ ਯੋਜਨਾ ਬਣਾ ਰਹੇ ਨੇ। ਦੱਸਿਆ ਜਾ ਰਿਹਾ ਹੈ ਕਿ ਸੋਨ ਪ੍ਰਯਾਗ ਗੌਰੀਕੁੰਡ ਪਹਾੜੀ ਮਾਰਗ ਤੇ ਅਚਾਨਕ ਮਲਬਾ ਡਿੱਗਣ ਦੇ ਕਾਰਨ ਇੱਥੇ ਕਈ ਰਸਤੇ ਬੰਦ ਹੋ ਗਏ ਨੇ, ਟੁੱਟ ਗਏ ਨੇ। 2 ਕਿਲੋਮੀਟਰ ਲੰਬੇ ਰਾਹ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਮਲਬਾ ਹੀ ਮਲਬਾ ਫੈਲਿਆ ਹੋਇਆ ਹੈ, ਜਿਸ ਕਰਕੇ ਅੱਗੇ ਜਾਣ ਦਾ ਕੋਈ ਵੀ ਰਾਹ ਨਹੀਂ ਹੈ। ਇਸ ਵਿਚਾਲੇ ਜੋ ਲੋਕ ਕੇਦਾਰਨਾਥ ਚ ਪਹੁੰਚੇ ਹੋਏ ਸਨ ਉਹ ਫਸ ਚੁੱਕੇ ਨੇ। ਰੈਸਕਿਊ ਟੀਮ ਨੂੰ ਇੱਥੇ ਸੋਨ ਪ੍ਰਯਾਗ ਗੌਰੀਕੁੰਡ ਮਾਰਗ ਤੇ ਫਸੇ ਹੋਏ ਯਾਤਰੀਆਂ ਨੂੰ ਰੈਸਕਿਊ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ, ਜਿਸ ਲਈ ਹੁਣ ਡਰੋਨ ਦੀ ਸਹਾਇਤਾ ਲੈਣੀ ਪੈ ਰਹੀ ਹੈ ਤੇ ਅੱਗੇ ਦੀ ਯੋਜਨਾ ਇਸ ਡਰੋਨ ਦੇ ਨਾਲ ਹਾਲਾਤ ਦੇਖ ਕੇ ਹੀ ਬਣਾਈ ਜਾ ਰਹੀ ਹੈ। ਇਸ ਤੋਂ ਇਲਾਵਾ ਲਚੌਲੀ ਤੇ ਸ੍ਰੀ ਕੇਦਾਰਨਾਥ ਤੇ ਹੈਲੀਪੈਡ ਤੇ ਤੈਨਾਤ 4 NDRF ਦੀਆਂ ਟੀਮਾਂ ਵੀ ਯਾਤਰੀਆਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾ ਰਹੀਆਂ ਨੇ। 2 ਕਿਲੋਮੀਟਰ ਲੰਬੇ ਪਹਾੜੀ ਰਸਤੇ ਤੋਂ ਹੁਣ ਤੱਕ 2300 ਤੋਂ ਵੱਧ ਲੋਕਾਂ ਨੂੰ ਰੈਸਕਿਊ ਕੀਤਾ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਸਥਾਨਕ ਪੁਲਿਸ ਦੇ ਵੱਲੋਂ ਵੀ 737 ਲੋਕਾਂ ਨੂੰ ਹੇਲੀ ਤੋਂ ਰੈਸਕਿਊ ਕੀਤਾ ਗਿਆ ਹੈ। ਬਾਕੀ ਯਾਤਰੀਆਂ ਨੂੰ ਰੈਸਕਿਊ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹਨਾਂ ਤੱਕ ਪਹੁੰਚ ਕਰਨ ਦੇ ਲਈ ਹੁਣ ਡਰੋਨ ਦੀ ਸਹਾਇਤਾ ਲਈ ਜਾ ਰਹੀ ਹੈ।